ਸਤਿ ਸ਼੍ਰੀ ਅਕਾਲ ਦੋਸਤੋ, C++ ਵਿੱਚ ਫੰਕਸ਼ਨ ਓਵਰਲੋਡਿੰਗ ਅਤੇ ਓਵਰਰਾਈਡਿੰਗ ਦੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਟਿਊਟੋਰੀਅਲ ਵਿੱਚ ਅਸੀਂ ਹੇਠ ਲਿਖੇ ਨੂੰ ਕਰਨਾ ਸਿੱਖਾਂਗੇ। ਫੰਕਸ਼ਨ ਓਵਰਲੋਡਿੰਗ, ਫੰਕਸ਼ਨ ਓਵਰਰਾਈਡਿੰਗ ਅਸੀਂ ਇਹਨਾਂ ਉਦਾਹਰਣਾਂ ਦੀ ਮਦਦ ਨਾਲ ਕਰਾਂਗੇ। ਇਸ ਟਿਊਟੋਰੀਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ ਉਬੰਟੂ OS ਵਰਜ਼ਨ 11.10, G++ ਕੰਪਾਈਲਰ ਵਰਜ਼ਨ 4.6.1। ਫੰਕਸ਼ਨ ਓਵਰਲੋਡਿੰਗ ਦੀ ਜਾਣ ਪਹਿਚਾਣ ਦੇ ਨਾਲ ਸ਼ੁਰੂ ਕਰਦੇ ਹਾਂ। ਫੰਕਸ਼ਨ ਓਵਰਲੋਡਿੰਗ ਦਾ ਮਤਲਬ ਹੈ ਦੋ ਜਾਂ ਦੋ ਤੋਂ ਜ਼ਿਆਦਾ ਫੰਕਸ਼ਨ ਦੇ ਸਮਾਨ ਨਾਮ ਰੱਖ ਸਕਦੇ ਹਾਂ। ਆਰਗੂਮੈਂਟਸ ਦੀ ਗਿਣਤੀ ਅਤੇ ਆਰਗੂਮੈਂਟ ਦੇ ਡਾਟਾ ਟਾਈਪ ਵੱਖਰੇ ਹੋਣਗੇ। ਜਦੋਂ ਇੱਕ ਫੰਕਸ਼ਨ ਕਾਲ ਹੁੰਦਾ ਹੈ ਤਾਂ ਇਹ ਆਰਗੂਮੈਂਟ ਦੀ ਸੂਚੀ ਦੇ ਆਧਾਰ ਤੇ ਚੁਣਿਆ ਜਾਂਦਾ ਹੈ। ਹੁਣ ਇੱਕ ਉਦਾਹਰਣ ਦੇਖਦੇ ਹਾਂ। ਮੈਂ ਐਡੀਟਰ ਤੇ ਕੋਡ ਪਹਿਲਾਂ ਹੀ ਟਾਈਪ ਕਰ ਲਿਆ ਹੈ। ਇਸ ਪ੍ਰੋਗਰਾਮ ਵਿੱਚ ਅਸੀਂ ਐਡੀਸ਼ਨ ਆਪਰੇਸ਼ਨ ਲਾਗੂ ਕਰਾਂਗੇ। ਨੋਟ ਕਰੋ ਕਿ ਸਾਡੀ ਫਾਈਲ ਦਾ ਨੇਮ overload.cpp ਹੈ। ਹੁਣ ਮੈਂ ਕੋਡ ਸਮਝਾਉਂਦਾ ਹਾਂ। ਇਹ ਆਇਓਸਟ੍ਰੀਮ ਸਾਡੀ ਹੈਡਰ ਫਾਈਲ ਹੈ। ਇੱਥੇ ਮੈਂ STD ਨੇਮਸਪੇਸ ਦੀ ਵਰਤੋਂ ਕਰ ਰਿਹਾ ਹਾਂ। ਫਿਰ ਸਾਡੇ ਕੋਲ ਇੰਟ ਦੀ ਤਰ੍ਹਾਂ ਪਰਿਭਾਸ਼ਿਤ ਐਡ ਫੰਕਸ਼ਨ ਹੈ। ਇਸ ਵਿੱਚ ਅਸੀਂ ਤਿੰਨ ਆਰਗੂਮੈਂਟ ਪਾਸ ਕੀਤੇ ਹਨ, ਇੰਟ ਏ, ਇੰਟ ਬੀ ਅਤੇ ਇੰਟ ਸੀ। ਫਿਰ ਅਸੀਂ ਤਿੰਨ ਨੰਬਰ ਦਾ ਐਡੀਸ਼ਨ ਲਾਗੂ ਕਰਦੇ ਹਾਂ ਅਤੇ ਇਸ ਦੀ ਵੈਲਿਊ ਰਿਟਰਨ ਕਰਦੇ ਹਾਂ। ਇੱਥੇ ਅਸੀਂ ਫੰਕਸ਼ਨ ਐਡ ਓਵਰਲੋਡ ਕਰਦੇ ਹਾਂ। ਇਹ ਫਲੋਟ ਦੀ ਤਰ੍ਹਾਂ ਐਲਾਨ ਕੀਤਾ ਗਿਆ ਹੈ। ਅਸੀਂ ਦੋ ਆਰਗੂਮੈਂਟਸ ਫਲੋਟ ਡੀ ਅਤੇ ਫਲੋਟ ਈ ਪਾਸ ਕਰਦੇ ਹਾਂ। ਫਿਰ ਅਸੀਂ ਦੋ ਨੰਬਰ ਦੇ ਐਡੀਸ਼ਨ ਆਪਰੇਸ਼ਨ ਕਰਦੇ ਹਾਂ। ਇਹ ਸਾਡਾ ਮੇਨ ਫੰਕਸ਼ਨ ਹੈ। ਫੰਕਸ਼ਨ ਮੇਨ ਵਿੱਚ ਅਸੀਂ ਵੱਖਰੇ ਆਰਗੂਮੈਂਟਸ ਦੇ ਨਾਲ ਐਡ ਫੰਕਸ਼ਨ ਐਲਾਨ ਕਰਦੇ ਹਾਂ। ਫਿਰ ਅਸੀਂ ਵੇਰੀਏਬਲਸ ਐਲਾਨ ਕਰਦੇ ਹਾਂ। ਇੱਥੇ ਅਸੀਂ ਯੂਜ਼ਰ ਤੋਂ ਇੰਟੀਜ਼ਰ ਵੈਲਿਊਸ ਲੈਂਦੇ ਹਾਂ। ਫਿਰ ਅਸੀਂ ਤਿੰਨ ਆਰਗੂਮੈਂਟਸ ਦੇ ਨਾਲ ਫੰਕਸ਼ਨ ਐਡ ਕਾਲ ਕਰਦੇ ਹਾਂ ਅਤੇ ਨਤੀਜੇ ਨੂੰ ਵੇਰੀਏਬਲ ਸਮ ਦੇ ਵਿੱਚ ਇਕੱਠਾ ਕਰਦੇ ਹਾਂ। ਇੱਥੇ ਅਸੀਂ ਨਤੀਜੇ ਨੂੰ ਪ੍ਰਿੰਟ ਕਰਦੇ ਹਾਂ। ਹੁਣ ਇੱਥੇ ਅਸੀਂ ਯੂਜ਼ਰ ਤੋਂ ਫਲੋਟਿੰਗ ਪੁਆਇੰਟ ਨੰਬਰਸ ਲੈਂਦੇ ਹਾਂ। ਫਿਰ ਅਸੀਂ ਦੋ ਆਰਗੂਮੈਂਟਸ ਦੇ ਨਾਲ ਐਡ ਫੰਕਸ਼ਨ ਕਾਲ ਕਰਦੇ ਹਾਂ ਅਤੇ ਇੱਥੇ ਅਸੀਂ ਸਮ ਪ੍ਰਿੰਟ ਕਰਦੇ ਹਾਂ ਅਤੇ ਇਹ ਸਾਡੀ ਰਿਟਰਨ ਸਟੇਟਮੈਂਟ ਹੈ। ਹੁਣ ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ। ਆਪਣੇ ਕੀਬੋਰਡ ਤੇ ਇੱਕੋ ਸਮੇਂ ਕੰਟਰੋਲ, ਆਲਟ ਅਤੇ ਟੀ ਕੀਜ਼ ਦਬਾ ਕੇ ਟਰਮੀਨਲ ਨੂੰ ਖੋਲੋ। ਚਲਾਉਣ ਦੇ ਲਈ ਟਾਈਪ ਕਰੋ G++ ਸਪੇਸ overload.cpp ਸਪੇਸ -o ਸਪੇਸ ਓਵਰ। ਐਂਟਰ ਦਬਾਓ। ਟਾਈਪ ਕਰੋ /over। ਐਂਟਰ ਦਬਾਓ। ਐਂਟਰ 3 ਇੰਟੀਜਰਸ ਦਿਖਾਈ ਦਿੰਦਾ ਹੈ। ਮੈਂ 10, 25 ਅਤੇ 48 ਐਂਟਰ ਕਰਾਂਗਾ। ਆਉਟਪੁੱਟ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ, ਸਮ ਆਫ ਇੰਟੀਜਰਸ ਇਜ਼ 83। ਹੁਣ ਅਸੀਂ ਵੇਖਦੇ ਹਾਂ ਐਂਟਰ 2 ਫਲੋਟਿੰਗ ਪੁਆਇੰਟ ਨੰਬਰਸ। ਮੈਂ 4.5 ਅਤੇ 8.9 ਐਂਟਰ ਕਰਾਂਗਾ। ਐਂਟਰ ਦਬਾਓ। ਆਉਟਪੁੱਟ ਇਸ ਤਰ੍ਹਾਂ ਦਿਖਾਈ ਦਿੰਦੀ ਹੈ, ਸਮ ਆਫ ਫਲੋਟਿੰਗ ਪੁਆਇੰਟ ਨੰਬਰਸ ਇਜ਼ 13.4। ਹੁਣ ਅਸੀਂ ਫੰਕਸ਼ਨ ਓਵਰਰਾਈਡਿੰਗ ਦੇਖਾਂਗੇ। ਹੁਣ ਆਪਣੀ ਸਲਾਈਡਸ ਤੇ ਵਾਪਸ ਜਾਂਦੇ ਹਾਂ। ਬੇਸ ਕਲਾਸ ਫੰਕਸ਼ਨ ਨੂੰ ਡਿਰਾਈਵਡ ਕਲਾਸ ਵਿੱਚ ਦੁਬਾਰਾ ਪ੍ਰਭਾਸ਼ਿਤ ਕਰਨਾ। ਡਿਰਾਈਵਡ ਕਲਾਸ ਫੰਕਸ਼ਨ ਬੇਸ ਕਲਾਸ ਫੰਕਸ਼ਨ ਨੂੰ ਓਵਰਰਾਈਡ ਕਰਦੀ ਹੈ, ਪਰ ਪਾਸ ਕੀਤੇ ਹੋਏ ਆਰਗੂਮੈਂਟ ਸਮਾਨ ਹੁੰਦੇ ਹਨ ਅਤੇ ਰਿਟਰਨ ਟਾਈਪ ਵੀ ਸਮਾਨ ਹਨ। ਹੁਣ ਇੱਕ ਉਦਾਹਰਨ ਵੇਖਦੇ ਹਾਂ। ਇੱਥੇ ਫੰਕਸ਼ਨ ਓਵਰਰਾਈਡਿੰਗ ਦੀ ਇੱਕ ਉਦਾਹਰਨ ਹੈ। ਨੋਟ ਕਰੋ ਕਿ ਸਾਡੀ ਫਾਈਲ ਦਾ ਨੇਮ override.cpp ਹੈ। ਹੁਣ ਪੂਰੇ ਕੋਡ ਨੂੰ ਸਮਝਦੇ ਹਾਂ। ਇਹ ਆਇਓਸਟ੍ਰੀਮ ਸਾਡੀ ਹੈਡਰ ਫਾਈਲ ਹੈ। ਇੱਥੇ ਮੈਂ STD ਨੇਮਸਪੇਸ ਦੀ ਵਰਤੋਂ ਕਰ ਰਿਹਾ ਹਾਂ। ਫਿਰ ਸਾਡੇ ਕੋਲ ਕਲਾਸ ਅਰਿਥਮੈਟਿਕ ਹੈ। ਇਸ ਵਿੱਚ ਅਸੀਂ ਪ੍ਰੋਟੈਕਟਡ ਦੀ ਤਰ੍ਹਾਂ ਇੰਟੀਜਰ ਵੇਰੀਏਬਲਸ ਐਲਾਨ ਕੀਤੇ ਹਨ। ਫਿਰ ਸਾਡੇ ਕੋਲ ਪਬਲਿਕ ਦੀ ਤਰ੍ਹਾਂ ਐਲਾਨ ਫੰਕਸ਼ਨ ਵੈਲਿਊਜ਼ ਹਨ। ਇਹਨਾਂ ਵਿੱਚੋਂ ਅਸੀਂ ਦੋ ਆਰਗੂਮੈਂਟਸ INTX ਅਤੇ INTY ਪਾਸ ਕੀਤੇ ਹਨ। ਫਿਰ ਅਸੀਂ ਵੈਲਿਊ A ਅਤੇ B ਵਿੱਚ ਇਕੱਠੀ ਕੀਤੀ ਹੈ। ਇੱਥੇ ਸਾਡੇ ਕੋਲ ਆਪਰੇਸ਼ਨ ਦੀ ਤਰ੍ਹਾਂ ਵਰਚੁਅਲ ਫੰਕਸ਼ਨ ਹੈ। ਇਸ ਵਿੱਚ ਅਸੀਂ ਦੋ ਨੰਬਰਸ ਐਡ ਕਰਦੇ ਹਾਂ ਅਤੇ ਸਮ ਪ੍ਰਿੰਟ ਕਰਦੇ ਹਾਂ। ਇੱਥੇ ਅਸੀਂ ਕਲਾਸ ਬੰਦ ਕਰਦੇ ਹਾਂ। ਹੁਣ ਸਾਡੇ ਕੋਲ ਡਿਰਾਈਵਡ ਕਲਾਸ ਦੀ ਤਰ੍ਹਾਂ ਕਲਾਸ ਸਬਟਰੈਕਟ ਹੈ। ਇਹ ਬੇਸ ਕਲਾਸ ਅਰਿਥਮੈਟਿਕ ਨੂੰ ਇਨਹੈਰਿਟ ਕਰਦੀ ਹੈ। ਇਸ ਵਿੱਚ ਅਸੀਂ ਦੋ ਨੰਬਰਸ ਦੇ ਡਿਫਰੈਂਸ ਦੀ ਗਿਣਤੀ ਕਰਦੇ ਹਾਂ ਅਤੇ ਡਿਫਰੈਂਸ ਪ੍ਰਿੰਟ ਕਰਦੇ ਹਾਂ। ਹੁਣ ਸਾਡੇ ਕੋਲ ਮਲਟੀਪਲਾਈ ਦੀ ਤਰ੍ਹਾਂ ਇੱਕ ਹੋਰ ਡਿਰਾਈਵਡ ਕਲਾਸ ਹੈ। ਇਹ ਵੀ ਬੇਸ ਕਲਾਸ ਅਰਿਥਮੈਟਿਕ ਨੂੰ ਇਨਹੈਰਿਟ ਕਰਦੀ ਹੈ।
ਇਸ ਵਿੱਚ ਅਸੀਂ ਦੋ ਨੰਬਰ ਦੇ ਪ੍ਰੋਡਕਟ ਦੀ ਗਿਣਤੀ ਕਰਦੇ ਹਾਂ ਅਤੇ ਪ੍ਰੋਡਕਟ ਦਿਖਾਉਂਦੇ ਹਾਂ। ਫਿਰ ਸਾਡੇ ਕੋਲ ਕਲਾਸ ਡਿਵਾਈਡ ਹੈ, ਇਹ ਵੀ ਬੇਸ ਕਲਾਸ ਅਰਿਥਮੈਟਿਕ ਨੂੰ ਇਨਹੈਰਿਟ ਕਰਦੀ ਹੈ। ਇਸ ਵਿੱਚ ਅਸੀਂ ਦੋ ਨੰਬਰ ਦੇ ਡਿਵੀਜ਼ਨ ਦੀ ਗਿਣਤੀ ਕਰਦੇ ਹਾਂ ਅਤੇ ਡਿਵੀਜ਼ਨ ਦਿਖਾਉਂਦੇ ਹਾਂ। ਨੋਟ ਕਰੋ ਕਿ ਫੰਕਸ਼ਨ ਦਾ ਰਿਟਰਨ ਟਾਈਪ ਸਮਾਨ ਹੈ ਅਤੇ ਪਾਸ ਕੀਤੇ ਹੋਏ ਆਰਗੂਮੈਂਟਸ ਵੀ ਸਮਾਨ ਹਨ। ਹੁਣ ਇਹ ਸਾਡਾ ਮੇਨ ਫੰਕਸ਼ਨ ਹੈ। ਇਸ ਵਿੱਚ ਅਸੀਂ ਕਲਾਸ ਅਰਿਥਮੈਟਿਕ ਦਾ ਇੱਕ ਆਬਜੈਕਟ ਪੀ ਬਣਾਉਂਦੇ ਹਾਂ। ਅਰਿਥ ਕਲਾਸ ਅਰਿਥਮੈਟਿਕ ਦਾ ਪੁਆਇੰਟਰ ਹੈ। ਫਿਰ ਸਾਡੇ ਕੋਲ ਕਲਾਸ ਸਬਟ੍ਰੈਕਟ ਦਾ ਐਸਯੂਬੀਟੀ ਆਬਜੈਕਟ ਹੈ, ਕਲਾਸ ਮਲਟੀਪਲਾਈ ਦਾ ਐਮਯੂਐਲਟੀ ਆਬਜੈਕਟ ਅਤੇ ਕਲਾਸ ਡਿਵਾਈਡ ਦਾ ਡੀਆਈਵੀਡੀ ਆਬਜੈਕਟ। ਹੁਣ ਇੱਥੇ ਪੀ ਨੂੰ ਅਰਿਥ ਦੇ ਐਡਰੈਸ ਤੇ ਸੈੱਟ ਕੀਤਾ ਜਾਂਦਾ ਹੈ। ਫਿਰ ਅਸੀਂ ਫੰਕਸ਼ਨ ਵੈਲਿਊਜ਼ ਵਿੱਚ ਆਰਗੂਮੈਂਟਸ 30 ਅਤੇ 12 ਦਿੰਦੇ ਹਾਂ। ਹੁਣ ਅਸੀਂ ਫੰਕਸ਼ਨ ਆਪਰੇਸ਼ਨਸ ਕਾਲ ਕਰਦੇ ਹਾਂ। ਇਹ ਐਡੀਸ਼ਨ ਆਪਰੇਸ਼ਨ ਕਰੇਗਾ। ਇੱਥੇ ਅਸੀਂ ਐਸਯੂਬੀਟੀ ਨੂੰ ਅਰਿਥ ਦੇ ਐਡਰੈਸ ਤੇ ਸੈੱਟ ਕਰਦੇ ਹਾਂ ਅਤੇ ਅਸੀਂ ਆਰਗੂਮੈਂਟਸ 42 ਅਤੇ 5 ਪਾਸ ਕਰਦੇ ਹਾਂ। ਅਸੀਂ ਫੰਕਸ਼ਨ ਆਪਰੇਸ਼ਨਸ ਨੂੰ ਦੁਬਾਰਾ ਕਾਲ ਕਰਦੇ ਹਾਂ। ਇਹ ਦੋ ਨੰਬਰ ਦਾ ਸਬਟ੍ਰੈਕਸ਼ਨ ਕਰੇਗਾ। ਹੁਣ ਅਸੀਂ ਐਮਯੂਐਲਟੀ ਨੂੰ ARITH ਦੇ ਐਡਰੈਸ ਤੇ ਸੈੱਟ ਕਰਦੇ ਹਾਂ ਅਤੇ ਅਸੀਂ ਆਰਗੂਮੈਂਟਸ 6 ਅਤੇ 5 ਪਾਸ ਕਰਦੇ ਹਾਂ। ਅਸੀਂ ਫੰਕਸ਼ਨ ਆਪਰੇਸ਼ਨਸ ਕਾਲ ਕਰਦੇ ਹਾਂ। ਇਹ ਦੋ ਨੰਬਰ ਦਾ ਮਲਟੀਪਲੀਕੇਸ਼ਨ ਕਰੇਗਾ। ਅਖੀਰ ਵਿੱਚ ਅਸੀਂ DIVD ਨੂੰ ARITH ਦੇ ਐਡਰੈਸ ਤੇ ਸੈੱਟ ਕਰਦੇ ਹਾਂ ਅਤੇ ਅਸੀਂ ਆਰਗੂਮੈਂਟਸ 6 ਅਤੇ 3 ਪਾਸ ਕਰਦੇ ਹਾਂ। ਹੁਣ ਅਸੀਂ ਆਪਰੇਸ਼ਨਸ ਫੰਕਸ਼ਨ ਕਾਲ ਕਰਦੇ ਹਾਂ। ਇਹ ਦੋ ਨੰਬਰ ਦਾ ਡਿਵੀਜ਼ਨ ਕਰੇਗਾ ਅਤੇ ਇਹ ਸਾਡੀ ਰਿਟਰਨ ਸਟੇਟਮੈਂਟ ਹੈ। ਹੁਣ ਪ੍ਰੋਗਰਾਮ ਚਲਾਉਂਦੇ ਹਾਂ, ਆਪਣੇ ਟਰਮੀਨਲ ਤੇ ਵਾਪਸ ਆਉਂਦੇ ਹਾਂ। ਟਾਈਪ ਕਰੋ G++ ਸਪੇਸ ਓਵਰਰਾਈਡ .cpp ਸਪੇਸ -o ਸਪੇਸ over2, ਐਂਟਰ ਦਬਾਓ। ਟਾਈਪ ਕਰੋ .over2, ਐਂਟਰ ਦਬਾਓ। ਆਉਟਪੁੱਟ ਇਸ ਤਰ੍ਹਾਂ ਦਿਖਦੀ ਹੈ। ਐਡੀਸ਼ਨ ਆਫ ਟੂ ਨੰਬਰਸ ਇਜ਼ 42, ਡਿਫਰੈਂਸ ਆਫ ਟੂ ਨੰਬਰਸ ਇਜ਼ 37, ਪ੍ਰੋਡਕਟ ਆਫ ਟੂ ਨੰਬਰਸ ਇਜ਼ 30 ਅਤੇ ਡਿਵੀਜ਼ਨ ਆਫ ਟੂ ਨੰਬਰਸ ਇਜ਼ 2। ਹੁਣ ਆਪਣੀ ਸਲਾਈਡ ਤੇ ਵਾਪਸ ਜਾਂਦੇ ਹਾਂ। ਹੁਣ ਓਵਰਲੋਡਿੰਗ ਅਤੇ ਓਵਰਰਾਈਡਿੰਗ ਦੇ ਵਿੱਚ ਫਰਕ ਵੇਖਦੇ ਹਾਂ। ਓਵਰਲੋਡਿੰਗ ਇਨਹੈਰੈਂਟ ਤੇ ਬਿਨਾਂ ਹੋ ਸਕਦੀ ਹੈ। ਓਵਰਰਾਈਡਿੰਗ ਹੁੰਦੀ ਹੈ ਜਦੋਂ ਇੱਕ ਕਲਾਸ ਦੂਜੀ ਨਾਲ ਇਨਹੈਰੈਂਟ ਕੀਤੀ ਜਾਂਦੀ ਹੈ। ਓਵਰਲੋਡਿੰਗ ਵਿੱਚ ਆਰਗੂਮੈਂਟਸ ਅਤੇ ਰਿਟਰਨ ਟਾਈਪ ਵੱਖਰੇ ਹੋਣੇ ਚਾਹੀਦੇ ਹਨ। ਓਵਰਰਾਈਡਿੰਗ ਵਿੱਚ ਆਰਗੂਮੈਂਟਸ ਅਤੇ ਰਿਟਰਨ ਟਾਈਪ ਸਮਾਨ ਹੋਣੇ ਚਾਹੀਦੇ ਹਨ। ਓਵਰਲੋਡਿੰਗ ਵਿੱਚ ਫੰਕਸ਼ਨ ਦੇ ਨਾਮ ਸਮਾਨ ਹੁੰਦੇ ਹਨ ਪਰ ਇਹ ਉਹਨਾਂ ਨੂੰ ਪਾਸ ਕੀਤੇ ਗਏ ਆਰਗੂਮੈਂਟਸ ਦੇ ਆਧਾਰ ਤੇ ਵੱਖਰਾ ਵਿਵਹਾਰ ਕਰਦਾ ਹੈ। ਓਵਰਰਾਈਡਿੰਗ ਵਿੱਚ ਫੰਕਸ਼ਨ ਦਾ ਨਾਮ ਸਮਾਨ ਹੁੰਦਾ ਹੈ। ਡਿਰਾਈਵਡ ਕਲਾਸ ਫੰਕਸ਼ਨ ਬੇਸ ਕਲਾਸ ਨਾਲੋਂ ਵੱਖਰੇ ਆਪਰੇਸ਼ਨਸ ਲਾਗੂ ਕਰ ਸਕਦੀ ਹੈ। ਇਸ ਦਾ ਸਾਰ ਕਰਦੇ ਹਾਂ। ਇਸ ਟਿਊਟੋਰੀਅਲ ਵਿੱਚ ਅਸੀਂ ਸਿੱਖਿਆ ਫੰਕਸ਼ਨ ਓਵਰਲੋਡਿੰਗ, ਉਦਾਹਰਨ INT ਐਡ 3 ਵੱਖਰੇ ਆਰਗੂਮੈਂਟਸ ਦੇ ਨਾਲ ਅਤੇ ਫਲੋਟ ਐਡ 2 ਵੱਖਰੇ ਆਰਗੂਮੈਂਟਸ ਦੇ ਨਾਲ, ਫੰਕਸ਼ਨ ਓਵਰਰਾਈਡਿੰਗ, ਉਦਾਹਰਨ ਵਰਚੁਅਲ INT ਆਪਰੇਸ਼ਨਸ ਅਤੇ INT ਆਪਰੇਸ਼ਨਸ। ਸਮਾਨ ਆਰਗੂਮੈਂਟ ਅਤੇ ਸਮਾਨ ਰਿਟਰਨ ਟਾਈਪ ਦੇ ਨਾਲ ਫੰਕਸ਼ਨ ਅਤੇ ਦੋਵਾਂ ਦੇ ਵਿੱਚ ਫਰਕ। ਇੱਕ ਨਿਰਧਾਰਿਤ ਕੰਮ ਵਿੱਚ ਇੱਕ ਪ੍ਰੋਗਰਾਮ ਲਿਖੋ ਜੋ ਫੰਕਸ਼ਨ ਓਵਰਲੋਡਿੰਗ ਦੀ ਵਰਤੋਂ ਕਰਕੇ ਰੈਕਟੈਂਗਲ, ਸਕੁਆਇਰ ਅਤੇ ਸਰਕਲ ਦੇ ਏਰੀਆ ਦੀ ਗਿਣਤੀ ਕਰੇ। ਹੇਠ ਲਿਖੇ ਲਿੰਕ ਤੇ ਉਪਲਬਧ ਵੀਡੀਓ ਨੂੰ ਦੇਖੋ। ਇਹ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ। ਚੰਗੀ ਬੈਂਡਵਿਡਥ ਨਾ ਮਿਲਣ ਤੇ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਵੇਖ ਸਕਦੇ ਹੋ। ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਸਪੋਕਨ ਟਿਊਟੋਰੀਅਲ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ। ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ। ਜ਼ਿਆਦਾ ਜਾਣਕਾਰੀ ਲੈਣ ਲਈ ਕਿਰਪਾ ਕਰਕੇ contact@spoken-tutorial.org ਨੂੰ ਲਿਖੋ। ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। ਇਹ ਭਾਰਤ ਸਰਕਾਰ ਦੇ MHRD ਦੇ ICT ਵੱਲੋਂ ਰਾਸ਼ਟਰੀ ਸਾਖਰਤਾ ਮਿਸ਼ਨ ਦੁਆਰਾ ਪ੍ਰਮਾਣਿਤ ਹੈ। ਇਸ ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਤੇ ਉਪਲਬਧ ਹੈ। IIT ਬੰਬੇ ਤੋਂ ਮੈਂ ਨਵਦੀਪ ਸਿੰਘ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।